ਸਾਰੇ ਬੱਚਿਆਂ ਨੂੰ ਪਿਆਰ ਭਰੀ ਸਾਸਰੀ ਘਰ ਪਿਆਰੇ ਬੱਚਿਓ ਪਿੱਛੇ ਆਪਾਂ ਪੜ ਚੁੱਕੇ ਹਾਂ ਕਿ ਜਿਹੜੀ ਅੱਗ ਵਾ ਉਹ ਸੋਈ ਵਿੱਚ ਭੋਜਨ ਬਣਾਉਣ ਦੇ ਕੰਮ ਆਉਂਦੀ ਹੈ ਕੁਝ ਤਿਹਾਰ ਹਨ ਲੋੜੀ ਦੀਵਾਲੀ ਉਹ ਹੀ ਅੱਗ ਦੇ ਨਾਲ ਮਨਾਏ ਜਾਂਦੇ ਹਨ ਪਰ ਅੱਗ ਦੇ ਫਾਇਦਿਆਂ ਦੇ ਨਾਲ ਕੁਝ ਨੁਕਸਾਨ ਵੀ ਹਨ ਆਓ ਅੱਗੇ ਪੜੀਏ ਅੱਗ ਦਾ ਦੂਜਾ ਰੂਪ ਬੜਾ ਭਿਆਨਕ ਹੈ ਇਹ ਹੈ ਅੱਗ ਦਾ ਬੇਕਾਬੂ ਹੋ ਜਾਣਾ ਭਿਆਨਕ ਖਤਰਨਾਕ ਇਹ ਸਭ ਕੁਝ ਮਕਾਨ ਦੁਕਾਨ ਜੰਗਲ ਵਿੱਚ ਆਦ ਸਾੜ ਕੇ ਸੁਆਹ ਕਰ ਦਿੰਦੀ ਹੈ ਸੁਆਹ ਮਤਲਬ ਕਿ ਜਦੋਂ ਕੋਈ ਚੀਜ਼ ਸੜ ਜਾਂਦੀ ਹੈ ਜਿਹੜੀ ਬਾਅਦ ਵਿੱਚ ਬਚਦੀ ਹੈ ਉਸ ਨੂੰ ਕਹਿੰਦੇ ਹਨ ਸੁਆਹ ਅੱਗ ਲੱਗਣ ਦਾ ਕਾਰਨ ਚਾਹੇ ਕੋਈ ਵੀ ਹੋਵੇ ਇਸ ਦਾ ਨਤੀਜਾ ਬੜਾ ਭਿਆਨਕ ਹੁੰਦਾ ਹੈ ਦੁਕਾਨ ਵਿੱਚ ਰੱਖਿਆ ਸਾਰਾ ਸਮਾਨ ਤੇ ਘਰ ਵਿੱਚ ਪਿਆ ਫਰਨੀਚਰ ਸੜ ਕੇ ਸੁਆਹ ਹੋ ਜਾਂਦਾ ਹੈ ਅੱਗ ਦਾ ਦੂਜਾ ਰੂਪ ਕੀ ਹੈ ਬੜਾ ਭਿਆਨਕ ਹੁੰਦਾ ਹੈ ਜਦੋਂ ਕਿਤੇ ਬੱਚਿਓ ਅੱਗ ਲੱਗ ਜਾਂਦੀ ਹੈ ਬੇਕਾਬੂ ਹੋ ਜਾਂਦੀ ਹੈ ਤੇ ਅੱਗ ਘਰਾਂ ਦੇ ਘਾਰ ਜੰਗਲਾਂ ਦੇ ਜੰਗਲ ਦੁਕਾਨਾਂ ਦੀਆਂ ਦੁਕਾਨਾਂ ਸੜ ਕੇ ਸਵਾਹ ਕਰ ਦਿੰਦੀ ਹੈ ਅੱਗ ਦਾ ਕਾਰਨ ਜਿਹੜਾ ਮਰਜ਼ੀ ਵੀ ਹੋਵੇ ਪਰ ਉਸ ਦਾ ਜਿਹੜਾ ਰਿਜ਼ਲਟ ਨਿਕਲਦਾ ਹੈ ਬੜਾ ਖਤਰਨਾਕ ਹੁੰਦਾ ਹੈ ਇਸ ਅੱਗ ਨੂੰ ਬੁਝਾਉਣ ਲਈ ਫਾਇਰ ਬ੍ਰਿਗੇਡ ਦੀ ਲੋੜ ਪੈਂਦੀ ਹੈ ਉਹ ਅੱਗ ਬੁਝਾਉਣ ਵਿੱਚ ਮਾਹਿਰ ਹੁੰਦੀ ਹਨ ਮਾਹਿਰ ਤਜਰਬੇਕਾਰ ਹੁੰਦੇ ਹਨ ਉਨ੍ਹਾਂ ਕੋਲ ਉੱਚੀਆਂ-ਉੱਚੀਆਂ ਇਮਾਰਤਾਂ ਵਿੱਚ ਦਾਖਲ ਹੋ ਕੇ ਅੱਗ ਵਿੱਚ ਕਿਰੇ ਲੋਕਾਂ ਨੂੰ ਬਚਾਉਣ ਲਈ ਜ਼ਰੂਰੀ ਸਾਧਨ ਹੁੰਦੇ ਹਨ। ਉਹ ਪਾਣੀ ਦੀਆਂ ਪੈਪਾਂ ਨਾਲ ਅੱਗ ਉੱਪਰ ਪਾਣੀ ਦੀਆਂ ਤੇਜ਼ ਧਾਰਾਂ ਸੁੱਟਦੇ ਹਨ ਤੇ ਅੱਗ ਨੂੰ ਬੁਝਾਉਣ ਦੀ ਕੋਸ਼ਿਸ਼ ਕਰਦੇ ਹਨ। ਤੇਜ਼ ਧਾਰਾ ਕੇ ਪਾਣੀ ਜੋ ਜ਼ੋਰ ਦੇ ਨਾਲ ਆਉਂਦਾ ਹੈ ਉਸ ਨੂੰ ਧਾਰਾਂ ਕਹਿੰਦੇ ਹਨ। ਤੇ ਅੱਗ ਬੁਝਾਉਣ ਲਈ ਹੁਣ ਸ਼ਹਿਰ ਖਾਸ ਕਰਕੇ ਫਾਇਰ ਬਰਗੇਡ ਵਰਗੇਟ ਦੀ ਵਰਤੋਂ ਕੀਤੀ ਜਾਂਦੀ ਹੈ ਤੇ ਉਹ ਜਿਹੜੇ ਫਾਇਰ ਬਰਗੇਡ ਹੁੰਦੇ ਉਹ ਬੜੇ ਤਜਰਬੇਕਾਰ ਹੁੰਦੇ ਨੇ ਅੱਗ ਬੁਝਾਉਣ ਵਿੱਚ ਉਹ ਭਾਵੇਂ ਅੱਗ ਉੱਚੀਆਂ-ਉੱਚੀਆਂ ਇਮਾਰਤਾਂ ਵਿੱਚ ਲੱਗੀ ਹੋਈ ਜਾਂਦੇ ਉਹਨਾਂ ਦੇ ਜਿਹੜੇ ਕੋਲ ਪਾਣੀ ਵਾਲੇ ਪੈਪ ਹੁੰਦੇ ਨੇ ਉਹਨਾਂ ਦੀਆਂ ਬੜੀਆਂ ਤੇਜ਼ ਧਾਰਾਂ ਪੈਂਦੀਆਂ ਜਿਸ ਦੇ ਨਾਲ ਅੱਗ ਬੁਝਾਈ ਜਾ ਸਕਦੀ ਹੈ ਅੱਗ ਬੁਝਾਉਣ ਲਈ ਪਾਣੀ ਤੋਂ ਇਲਾਵਾ ਰੇਤ ਤੇ ਕਾਰਬਨ ਡਾਈਆਕਸਾਈਡ ਦੀ ਵਰਤੋਂ ਕੀਤੀ ਜਾਂਦੀ ਹੈ ਜਿਸ ਨਾਲ ਅੱਗ ਬੁਝਾਈ ਜਾ ਸਕੇ ਅੱਜਕੱਲ੍ਹ ਅੱਗ ਬੁਝਾਉਣ ਵਾਲੇ ਯੰਤਰਾਂ ਦੀ ਮਦਦ ਲਈ ਜਾਂਦੀ ਹੈ ਇਹਨਾਂ ਨੂੰ ਅੱਗ ਬੁਝਾਉਣ ਵਾਲਾ ਜੰਤਰ ਕਿਹਾ ਜਾਂਦਾ ਹੈ ਇਹ ਆਮ ਤੌਰ ਤੇ ਲਾਲ ਰੰਗ ਦਾ ਸਿਲੰਡਰ ਹੁੰਦਾ ਹੈ ਸਕੂਲਾਂ ਦਫ਼ਤਰਾਂ ਤੇ ਹੋਰ ਆਮ ਥਾਵਾਂ ਉੱਪਰ ਇਸ ਨੂੰ ਰੱਖਣਾ ਜ਼ਰੂਰੀ ਹੁੰਦਾ ਹੈ ਪਿਆਰੇ ਬੱਚੇ ਤੁਸੀਂ ਵੇਖਿਆ ਹੋਵੇਗਾ ਕਿ ਸਕੂਲ ਵਿੱਚ ਵੀ ਲਾਲ ਰੰਗ ਦਾ ਸਿਲੰਡਰ ਜਗ੍ਹਾ-ਜਗ੍ਹਾ ਤੇ ਲੱਗਾ ਹੁੰਦਾ ਹੈ ਉਹ ਅੱਗ ਬੁਝਾਊ ਜੰਤਰ ਹੀ ਹੁੰਦਾ ਹੈ ਸਕੂਲ ਦੀਆਂ ਬੱਸਾਂ ਦੇ ਵਿੱਚ ਵੀ ਸਿਲੰਡਰ ਲੱਗਾ ਹੁੰਦਾ ਹੈ ਉਹ ਕੀ ਹੁੰਦਾ ਹੈ ਅੱਗ ਬੁਝਾਊ ਜੰਤਰ ਜਿਹੜਾ ਕਦੀ ਵੀ ਕਿਸੇ ਥਾਂ ਤੇ ਅੱਗ ਲੱਗ ਸਕਦੀ ਹੈ ਤਾਂ ਸਿਲੰਡਰ ਅੱਗ ਬੁਝਾ ਸਕ ਦਿੰਦਾ ਹੈ ਅੱਗ ਲੱਗਣ ਦੇ ਕਈ ਕਾਰਨ ਹੋ ਸਕਦੇ ਹਨ ਪਰ ਇਸ ਦਾ ਸਭ ਤੋਂ ਵੱਡਾ ਕਾਰਨ ਲਾਪਰਵਾਹੀ ਹੀ ਹੁੰਦਾ ਹੈ ਦੀਵਾਲੀ ਦੀ ਰਾਤ ਨੂੰ ਅਕਸਰ ਅੱਗ ਲੱਗਣ ਦੀਆਂ ਬਹੁਤ ਸਾਰੀਆਂ ਘਟਨਾਵਾਂ ਵਾਪਰਦੀਆਂ ਹਨ ਕਈ ਵਾਰੀ ਬਿਜਲੀ ਦੇ ਉਤਾਰਾ ਤੋਂ ਨਿਕਲਣ ਵਾਲੇ ਚੰਗਿਆੜੇ ਵੀ ਅੱਗ ਦਾ ਕਾਰਨ ਬਣਦੇ ਹਨ ਅੱਗ ਲੱਗਣ ਦੀ ਹਰ ਘਟਨਾ ਪਿੱਛੇ ਅਣਗਹਿਲੀ ਜਾਂ ਲਾਪਰਵਾਹੀ ਦਾ ਮੁੱਖ ਕਾਰਨ ਹੁੰਦਾ ਹੈ ਜਿਹਹੀਆਂ ਘਟਨਾਵਾਂ ਨੂੰ ਦੁਰਘਟਨਾਵਾਂ ਕਿਹਾ ਜਾਂਦਾ ਹੈ ਕਈ ਵਾਰੀ ਜਦੋਂ ਦੀਵਾਲੀ ਨੰਘ ਕੇ ਜਾਂਦੀ ਹੈ ਤੇ ਸਾਨੂੰ ਉਸ ਤੋਂ ਬਾਅਦ ਅਗਲੇ ਦਿਨ ਕਈ ਵਾਰੀ ਇਹੋ ਜਿਹੀਆਂ ਖਬਰਾਂ ਸੁਣ ਚ ਮਿਲਦੀਆਂ ਕਿ ਫਲਾਣੀ ਜਗ੍ਹਾ ਤੇ ਪਟਾਕੇ ਚਲਾਉਣ ਨਾਲ ਨੁਕਸਾਨ ਹੋ ਗਿਆ ਤੇ ਇਹੋ ਜਿਹੀ ਘਟਨਾ ਵਾਪਰ ਗਈ ਤੇ ਕਈ ਵਾਰੀ ਬਿਜਲੀ ਦੀਆਂ ਤਾਰਾਂ ਚੋਂ ਜਦੋਂ ਚੰਗਿਆੜੇ ਨਿਕਲ ਜਾਂਦੇ ਉਹ ਵੀ ਅੱਗ ਦਾ ਕਾਰਨ ਬਣ ਜਾਂਦੇ ਆ ਅੱਗ ਲੱਗਣ ਦੀ ਹਰ ਘਟਨਾ ਦੇ ਪਿੱਛੇ ਕਾਹਦਾ ਕਾਰਨ ਹੁੰਦਾ ਹੈ ਲਾਪਰਵਾਹੀ ਦਾ ਜੇ ਜਿਹੜੀ ਅੱਗ ਲੱਗਣ ਦਾ ਘਟਨਾ ਵਾਪਰ ਜਾਂਦੀ ਹੈ ਉਸ ਨੂੰ ਆਪਾਂ ਕਹਿੰਦੇ ਦੁਰਘਟਨਾਵਾ ਕਿ ਦੁਰਘਟਨਾਵਾ ਵਾਪਰ ਜਾਂਦੀਆਂ ਹਨ ਦੁਰਘਟਨਾਵਾਂ ਪਿਆਰੇ ਬੱਚਿਓ ਦੁਰਘਟਨਾਵਾਂ ਆਪਸ ਨੂੰ ਕਹਿੰਦੇ ਜਿਹੜੀ ਕੋਈ ਮਾੜੀ ਘਟਨਾ ਹੁੰਦੀ ਹੈ ਉਸ ਨੂੰ ਆਪਾਂ ਦੁਰਘਟਨਾਵਾਂ ਦਾ ਨਾਂ ਦਿੰਦੇ ਹਾਂ ਕੀ ਅੱਗ ਤੋਂ ਬਚਿਆ ਜਾ ਸਕਦਾ ਹੈ ਜੀ ਹਾਂ ਪਰ ਇਸ ਲਈ ਜ਼ਰੂਰੀ ਹੈ ਕਿ ਅੱਗ ਨਾਲ ਕਿਸੇ ਤਰ੍ਹਾਂ ਦੀ ਨਿਗਹਿਲੀ ਨਾ ਵਰਤੀ ਜਾਵੇ ਲੋੜ ਤੋਂ ਬਾਅਦ ਅੱਗ ਨੂੰ ਤੁਰੰਤ ਬੁਝਾ ਦਿੱਤਾ ਜਾਵੇ ਬਿਜਲੀ ਦਾ ਘਟਿਆ ਤੇ ਸਸਤਾ ਸਮਾਨ ਨਾ ਵਰਤਿਆ ਜਾਵੇ ਅੱਗ ਨੂੰ ਤੇਲ ਤੇ ਬਾਲਣ ਤੋਂ ਦੂਰ ਰੱਖਿਆ ਜਾਵੇ ਅੱਗ ਲੱਗਣ ਵੀ ਕਿਸ ਲੱਗਣ ਦੀ ਕਿਸੇ ਵੀ ਘਟਨਾ ਵਿੱਚ ਅੱਗ ਬੁਝਾਊ ਯੰਤਰ ਦੀ ਵਰਤੋਂ ਕੀਤੀ ਜਾਵੇ ਜਰਾਜਨੀ ਸਾਵਧਾਨੀ ਨਾਲ ਦੁਰਘਟਨਾਵਾਂ ਤੋਂ ਬਚਾਇਆ ਜਾ ਸਕਦਾ ਹੈ ਪਿਆਰੇ ਬੱਚਿਓ ਸਾਨੂੰ ਕੁਝ ਸਾਵਧਾਨੀਆਂ ਦੀ ਵਰਤੋਂ ਕਰਨੀ ਚਾਹੀਦੀ ਹੈ ਜਿਸ ਦੇ ਨਾਲ ਆਪਾਂ ਇਹ ਦੁਰਘਟਨਾਵਾਂ ਤੋਂ ਬਚਾਜਾ ਸਕਦੇ ਹਾਂ ਕਿਸੇ ਵੀ ਤਰ੍ਹਾਂ ਦੀ ਸਾਨੂੰ ਅੱਗ ਦੇ ਨਾਲ ਅਨਗੈਲੀ ਨਹੀਂ ਕਰਨੀ ਚਾਹੀਦੀ ਲੋੜ ਤੋਂ ਬਾਅਦ ਆਪਾਂ ਜਦੋਂ ਕੋਈ ਅੱਗ ਬਾਲਦੇ ਤਰਨ ਤੱਕ ਬੁਝਾਉਣੀ ਚਾਹੀਦੀ ਹੈ ਬਿਜਲੀ ਦਾ ਕੋਈ ਸਸਤਾ ਸਮਾਨ ਨਹੀਂ ਵਰਤਣਾ ਚਾਹੀਦਾ ਆਗ ਦੇ ਨੂੰ ਤੇਲ ਅਤੇ ਬਾਲਣ ਤੋਂ ਦੂਰ ਰੱਖਣਾ ਚਾਹੀਦਾ ਹੈ। ਸੋ ਪਿਆਰੇ ਬੱਚਿਓ ਸਾਨੂੰ ਕੁਝ ਸਾਵਧਾਨੀਆਂ ਦੀ ਵਰਤੋਂ ਕਰਨੀ ਚਾਹੀਦੀ ਹੈ। ਅੱਗ ਤੋਂ ਦੂਰ ਰਹਿਣਾ ਚਾਹੀਦਾ ਹੈ। ਮੋਮਬੱਤੀ ਹੋਈ, ਬਲਦੀ ਹੋਈ ਮੋਮਬੱਤੀ, ਅਰਗਬਤੀ ਆਦਿ ਜਲਨਸ਼ੀਲ ਪਦਾਰਥਾਂ ਤੋਂ ਦੂਰ ਰੱਖੋ। ਅੱਗ ਨਾਲ ਨਾ ਖੇਡੋ। ਦਿਵਾਲੀ ਵਾਲੇ ਦਿਨ ਵੱਡਿਆਂ ਦੀ ਮੌਜੂਦਗੀ ਵਿੱਚ ਹੀ ਪਟਾਕੇ ਚਲਾਓ। ਪਟਾਕੇ ਚਲਾਉਂਦੇ ਹੋਏ ਪਾਣੀ ਦੀ ਬਾਲਟੀ ਜਾਂ ਰੇਤ ਆਪਣੇ ਨੇੜੇ ਰੱਖੋ। ਅੱਗ ਲੱਗਣ ਦੀ ਹਾਲਾਤ ਵਿੱਚ ਇਸ ਨੂੰ ਤੁਰੰਤ ਬੁਝਾ ਦਿਓ ਅੱਗ ਫੈਲਣ ਉੱਪਰ ਫਾਇਰ ਬਰਗੇਡ ਨੂੰ ਬੁਲਾਓ ਪਿਆਰੇ ਬੱਚਿਓ ਸੋ ਸਾਨੂੰ ਇਹ ਜਿਹੜੀਆਂ ਸਾਵਧਾਨੀਆਂ ਦੀ ਵਰਤੋਂ ਕਰਨੀ ਚਾਹੀਦੀ ਹੈ ਤਾਂ ਇਹ ਸਾਨੂੰ ਅੱਗ ਤੋਂ ਬਚ ਕੇ ਹੀ ਰਹਿਣਾ ਚਾਹੀਦਾ ਹੈ ਥੈਂਕ ਯੂ